ਇਸ ਤਰ੍ਹਾਂ ਦਾ ਮਿੱਟੀ ਦਾ ਢੋਲ ਕਰੀਬ 5000 ਸਾਲ ਪਹਿਲਾਂ ਮੋਹਿੰਜੋਦਾਰੋ ਤੇ ਹੜੱਪਾ ਦੀ ਖੁਦਾਈ ਵੇਲੇ ਪਾਏ ਜਾਂਦਾ ਸੀਗਾ। ਇਹ ਢੋਲ ਬਾਂਸ, ਮਿੱਟੀ ਤੇ ਕਾਗਜ਼ ਦੇ ਨਾਲ ਬਣਾਇਆ ਜਾਊਗਾ, ਪਰ ਪਹਿਲਾਂ ਦੇ ਜ਼ਮਾਨੇ ਵਿੱਚ ਸ਼ਾਇਦ ਕਿਸੇ ਹੋਰ ਚੀਜ਼ ਨਾਲ ਬਣਾਇਆ ਜਾਂਦਾ ਹੋਵੇ। ਜਦੋਂ ਤੁਸੀਂ ਮਿੱਟੀ ਦੇ ਪਹੀਏ ਨੂੰ ਘੁਮਾਓਗੇ ਤਾਂ ਟਿਨ ਦੇ ਦੋ ਕੈਂਬ ਵੀ ਉਹਦੇ ਨਾਲ ਘੁੰਮਣਗੇ, ਜਿਸ ਦੇ ਨਾਲ ਬਾਂਸ ਦੀਆਂ ਤਿੱਲੀਆਂ ਉੱਤੇ ਥੱਲੇ ਹੋਣਗੀਆਂ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ। ਇਹ ਤਿੱਲੀਆਂ ਹੁਣ ਢੋਲ ਉੱਤੇ ਵੱਜਣਗੀਆਂ। ਇਹ ਢੋਲ ਤੁਸੀਂ ਇੱਕ ਕਾਗਜ਼ ਦੇ ਮਿੱਟੀ ਦੀ ਕਟੋਰੀ ਉੱਤੇ ਚਿਪਕਾ ਕੇ ਆਰਾਮ ਦੇ ਨਾਲ ਬਣਾ ਸਕਦੇ ਹੋ। ਇਹ ਤਿੱਲੀਆਂ ਜਦੋਂ ਢੋਲ ਉੱਤੇ ਵੱਜਣਗੀਆਂ ਤਾਂ ਬਹੁਤ ਸੋਹਣੀ ਆਵਾਜ਼ ਆਊਗੀ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਇਹ ਬੱਚਾ ਜਦੋਂ ਗੱਡੀ ਨੂੰ ਖਿੱਚਦਾ ਹੈ ਤਾਂ ਢੋਲ ਦੀ ਕਿੰਨੀ ਸੋਹਣੀ ਆਵਾਜ਼ ਆਉਂਦੀ ਹੈ।